ਸਾਂਝਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਵੀਕ ਦੀ ਤਰ੍ਹਾਂ ਮੈਂ ਤੁਹਾਡੇ ਲਈ ਹੈਲਥ ਟਿਪਸ ਲੈ ਕੇ ਹਾਜ਼ਰ ਹੈਗੀ ਹਾਂ। ਹਮੇਸ਼ਾ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਵੇਟ ਨੂੰ ਲੋਸ ਕਿਵੇਂ ਕਰਨਾ ਆ। ਵੇਟ ਨੂੰ ਆਪਾਂ ਲੋਸ ਵੀ ਕਰਦੇ ਹਾਂ, ਮੇਨਟੇਨ ਵੀ ਕਰਦੇ ਹਾਂ, ਪਰ ਕਈ ਵਾਰੀ ਅਸੀਂ ਆਪਣੇ ਨਿਊਟ੍ਰੀਸ਼ਨ ਨੂੰ ਇੱਧਰ ਉੱਧਰ ਜਦੋਂ ਕਰ ਲੈਂਦੇ ਹਾਂ ਤਾਂ ਸਾਡਾ ਵੇਟ ਇੱਕ ਬੈਂਕ ਦੇ ਅਕਾਊਂਟ ਵਾਂਗੂ ਫਿਰ ਡਿਪੋਜ਼ਿਟ ਹੁੰਦਿਆਂ ਪਾਊਂਡਾਂ ਦੇ ਵਿੱਚ ਗਿਣਤੀ ਕਰੀਏ ਤਾਂ ਮੰਥ ਦਾ ਅਸੀਂ 5 ਪਾਊਂਡ ਤੱਕ ਵੀ ਗੇਨ ਕਰ ਲੈਂਦੇ ਹੈਗੇ ਹਾਂ। ਉਹਦੇ ਪਿੱਛੇ ਕੀ ਹੁੰਦਾ ਕਿ ਅਸੀਂ ਆਪਣੇ ਨਿਊਟ੍ਰੀਸ਼ਨ ਨੂੰ ਨਹੀਂ ਲੈ ਪਾਉਂਦੇ, ਮੋਰ ਕਾਰਬੋਹਾਈਡਰੇਟਸ, ਅਨਹੈਲਥੀ ਖਾਣੇ ਐਂਡ ਸਲੀਪ ਟਾਈਮ ਜਿਹੜਾ ਆਪਣੀ ਬੋਡੀ ਨੂੰ ਘੱਟ ਦੇਣਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕਾਊਂਟ ਕਰਦਿਆਂ ਹੋਇਆ ਇਹਦੇ ਪਿੱਛੇ ਬਹੁਤ ਸਾਰੇ ਹੋਰ ਰੀਜ਼ਨ ਵੀ ਹੁੰਦੇ ਆ, ਜਿਵੇਂ ਆਪਾਂ ਕਈ ਵਾਰੀ ਬਹੁਤ ਸਾਰੀਆਂ ਸਟਰੋਂਗ ਮੈਡੀਕੇਸ਼ਨ ਲੈਂਦੇ ਹੈਗੇ ਹਾਂ, ਕਈ ਵਾਰੀ ਲੈਣੀਆਂ ਵੀ ਪੈ ਜਾਂਦੀਆਂ, ਪਰ ਉਹਨਾਂ ਦੇ ਕਾਰਨ ਸਾਡੀ ਬੋਡੀ ਅੰਦਰੋਂ ਅਨਹੈਲਥੀ ਹੋ ਜਾਂਦੀ ਆ। ਸਾਡੇ ਨੈਚੁਰਲ ਪ੍ਰੋਡਕਟ ਦੇ ਵਿੱਚ ਬੋਡੀ ਨੂੰ ਮੋਰ ਅੰਦਰੋਂ ਇੰਪਰੂਵ ਕਰਨ ਦੇ ਲਈ ਅਤੇ ਨਾਲ ਨਾਲ ਬੋਡੀ ਨੂੰ ਮੋਟਾਵਲਿਜ਼ਮ ਦੇ ਲਈ ਫਾਸਟ ਕਰਨ ਦੇ ਲਈ ਅਤੇ ਨਾਲ ਨਾਲ ਕਈ ਵਾਰੀ ਸਾਡੀ ਬੋਡੀ ਦੇ ਵਿੱਚ ਨਿਊਟ੍ਰੀਸ਼ਨ ਨਹੀਂ ਹੁੰਦਾ, ਅਸੀਂ ਐਕਸਰਸਾਈਜ਼ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਪਾਉਂਦੇ, ਪੂਰਾ ਮਾਇੰਡ ਬਣਿਆ ਹੁੰਦਾ ਕਿ ਐਕਸਰਸਾਈਜ਼ ਕਰੀਏ ਪਰ ਬੋਡੀ ਇਜਾਜ਼ਤ ਨਹੀਂ ਦਿੰਦੀ। ਸਾਡੇ ਪ੍ਰੋਡਕਟ ਨਾਲ ਬੋਡੀ ਨੂੰ ਮੇਨਟੇਨ ਕਰਨ ਦੇ ਨਾਲ ਨਾਲ ਜ਼ਿਆਦਾ ਕਰਕੇ ਲੋਸ ਕਰਨ ਦੇ ਲਈ ਬਹੁਤ ਹੀ ਵਧੀਆ ਰਿਜ਼ਲਟ ਆਉਂਦੇ ਹੈਗੇ ਆ। ਕਿਸੇ ਵੀ ਜਾਣਕਾਰੀ ਦੇ ਲਈ ਤੁਸੀਂ ਮੈਨੂੰ 416-602-7479 'ਤੇ ਮੰਡੇ ਟੂ ਸੈਟਰਡੇ ਮੇਰੇ ਆਫਿਸ ਮਿਲ ਸਕਦੇ ਆ। ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ।